ਮੈਨੂੰ ਤਾਂ ਲੱਗਦਾ ਸਭ ਤੋਂ ਮੰਦਭਾਗੀ ਗੱਲ ਹੈ ਸਾਡੇ ਲਾ ਐਂਡ ਆਰਡਰ ਦਾ ਜਿਹੜਾ ਜਲੂਸ ਨਿਕਲਣ ਵਾਲੀ ਗੱਲ ਹੈ ਸਾਰੀ ਉਹ ਸਾਨੂੰ ਵੀ ਬਹੁਤ ਬੁਰੀ ਲੱਗੀ। ਮੈਂ ਵੀ ਕਾਫੀ ਪਰੇਸ਼ਾਨ ਹੋਇਆ ਉਸ ਗੱਲ ਨੂੰ ਜਦੋਂ ਤੋਂ ਮੈਂ ਉਹ ਦੇਖਿਆ। ਪਰ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਾਰੀਆਂ, ਇੱਕ ਪਾਸੇ ਇੱਕ ਬਦਮਾਸ਼ ਨੂੰ ਜਿਹੜਾ ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿਊ ਲਏ ਜਾ ਰਹੇ ਨੇ। ਉਹਦੇ ਕੋਈ 10 ਪੁਆਇੰਟ, ਬਦਮਾਸ਼ ਦੇ 10 ਪੁਆਇੰਟ ਕੀ ਹੋਣਗੇ ਜਿਸ ਤਰ੍ਹਾਂ ਨਾਲ ਉਹਨੂੰ LEDਾਂ ਲਾ ਕੇ ਵਿਖਾਇਆ ਜਾ ਰਿਹਾ। ਸੋ ਮੰਦਭਾਗਾ ਹੈ, ਆਉਣ ਵਾਲੇ ਇਨ ਫਿਊਚਰ ਇਹਦੇ ਜਿਹੜੇ ਰਿਜ਼ਲਟ ਹੈ ਮਾੜੇ ਨਿਕਲਣਗੇ, ਕੋਈ ਚੰਗੀ ਗੱਲ ਨਹੀਂ ਹੈ। ਔਰ ਦੂਜਾ, ਸਿੱਧੂ ਦੀ ਬਰਸੀ ਹੋਣ ਕਰਕੇ ਇਹ ਜਿਹੜਾ ਭੰਡੀ ਪ੍ਰਚਾਰ ਹੈ ਜੋ ਸਿੱਧੂ ਦੀ ਇਮੇਜ ਨੂੰ ਢਾਹ ਲਾਉਣ ਦੇ ਲਈ ਜੋ ਇਹ ਅਡੰਬਰ ਰਚਿਆ ਜਾ ਰਿਹਾ ਸਾਰਾ, ਅਸੀਂ ਭਲੀ ਭੰਦ ਸਮਝ ਰਹੇ ਹਾਂ ਸਾਰੀ ਗੱਲ ਨੂੰ, ਪਰ ਸਿੱਧੂ ਦਾ ਇਹ ਕੁਛ ਨਹੀਂ ਕਰ ਸਕਦੇ। ਜੋ ਲੋਕਾਂ ਦੇ ਵਿੱਚ ਸਿੱਧੂ ਨੇ ਆਪਣੀ ਜਗ੍ਹਾ ਬਣਾਈ ਹੈ ਉਹ ਬਰਕਰਾਰ ਰਹੂਗੀ, ਪਰ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਵੀ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਔਰ ਉਹਦੀ ਬਰਸੀ 'ਤੇ ਘੱਟ ਲੋਕ ਪਹੁੰਚਣ, ਤਾਂ ਇਹਨੂੰ ਇਹ ਕੁਛ ਪੋਲੀਟੀਕਲ ਸਾਈਡ ਤੋਂ ਵੀ ਵੇਖ ਰਹੇ ਨੇ, ਪਤਾ ਨਹੀਂ ਕੀ ਹੈ ਨਾ, ਜਦਕਿ ਆਪਾਂ ਤਾਂ ਇੱਕ ਪੀੜਿਤ ਪਰਿਵਾਰ ਹਾਂ। ਪਰ ਬਹੁਤ ਕੁਛ ਹੋ ਰਿਹਾ, ਸਿੱਧੂ ਦੇ ਜਿੰਨੀਆਂ ਵੀ ਅੱਜ ਤੱਕ ਵੀਡੀਓ ਖਿਲਾਫ ਪਈਆਂ ਹੋਈਆਂ ਨੇ ਉਹ ਕੱਲ੍ਹ ਦੀਆਂ ਸਾਰੀਆਂ ਅਪਲੋਡ ਹੋ ਗਈਆਂ, ਚਾਹੇ ਉਹਦੀ ਇਲੈਕਸ਼ਨ ਲੜਨ ਵੇਲੇ ਦੀ ਹੋਵੇ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕਦੇ ਸਿੱਧੂ ਦਾ ਵਿਰੋਧ ਹੋਇਆ ਹੋਣਾ ਹੈ ਉਹਦੇ 'ਚ ਆਉਂਦੇ ਜੀ, ਉਹ ਕੱਲ੍ਹ ਦਾ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਬਹੁਤ ਅਪਲੋਡ ਹੈ, ਬਹੁਤ ਗਿਣੀ ਮਿਠੀ ਸਾਜ਼ਿਸ਼ ਦੇ ਅਧੀਨ ਸਾਰਾ ਕੁਛ ਹੋ ਰਿਹਾ, ਪਰ ਲੋਕ ਸਮਝਦਾਰ ਨੇ ਸਰ। ਬੇਟਾ ਟੈਕਨੀਕਲ ਵਿਸ਼ਾ ਹੈ ਨਾ, ਮੈਂ ਆਪਾਂ ਨੂੰ ਇਹਦੇ 'ਤੇ ਹਾਲੇ ਤੱਕ, ਕਿਉਂਕਿ ਮੇਰੇ ਕੋਲ ਵੀ ਇਹੋ ਜਿਹਾ ਕੋਈ ਸੋਰਸ ਤਾਂ ਹੈ ਨਹੀਂ ਵੀ ਮੈਂ ਇਹਨੂੰ ਪੜਤਾਲ ਲਵਾਂ ਵੀ ਇਹ ਕਿੱਥੋਂ ਬਣੀ ਹੈ, ਪਰ ਬਣੀ ਤਾਂ ਹੈ ਨਾ, ਸ਼ੂਟ ਤਾਂ ਹੋਈ ਹੈ ਔਰ ਉਹ ਪੂਰੀ HD ਹੈ, ਜਿਹਨੂੰ ਆਪਾਂ ਕੋਈ ਇੱਦਾਂ ਸਕਾਈਪ ਦੇ ਜ਼ਰੀਏ ਜੁੜ ਗਏ ਜਾਂ ਤੁਸੀਂ ਸਮਝਦੇ ਹੋ ਗੱਲ ਨੂੰ, ਕੋਈ ਵੀਡੀਓ ਨੂੰ ਇਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਅਮਨ ਸਾਹਮਣੇ ਬਹਿ ਕੇ, ਕਿਉਂਕਿ ਉਹਦੀ ਜਿਹੜੀ ਕੁਆਲਿਟੀ ਹੈ ਬੜੀ ਹਾਈ ਲੈਵਲ ਦੀ ਆ ਔਰ ਉਹਨੂੰ ਐਡਿਟ ਕਰਕੇ ਜੋ ਜੋ ਚੀਜ਼ ਉਹਨੂੰ ਚਾਹੀਦਾ, ਇਹਦੇ 'ਚ ਲਾਰੈਂਸ ਦਾ ਵੀ ਮੈਨੂੰ ਇੰਨਾ ਜ਼ਿਆਦਾ ਕਸੂਰ ਨਹੀਂ ਲੱਗਦਾ, ਕਿਉਂਕਿ ਲਾਰੈਂਸ ਨੂੰ ਵੀ ਵਰਤਿਆ ਗਿਆ, ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹਾਉਣੀ ਹੈ ਉਹੀ ਚੀਜ਼ ਹੀ ਕਹਾਈ ਹੈ, ਬਾਕੀ ਨੂੰ ਕੱਟਿਆ ਗਿਆ।